ਦੁਬਾਰਾ ਕੰਪਲੇਨਟ ਦਿੱਤੀ ਨੂੰ ਮੈਨੂੰ 8-9 ਮਹੀਨੇ ਹੋ ਗਏ ਮੇਰੀ ਕੋਈ ਸੁਣਵਾਈ ਨਹੀਂ ਹੈਗੀ ਇੱਥੇ ਮੈਂ ਰੋਜ਼ ਫੋਨ ਕਰਦੀ ਆ ਰੋਜ਼ ਜਾਨੀ ਅੱਜ ਕਰਦੇ ਕੱਲ ਕਰਦੇ ਆ ਪਤਾ ਨਹੀਂ ਕੀ ਇਹਨਾਂ ਦੇ ਮਨ ਦੇ ਵਿੱਚ ਡਾਰਾ ਹੈ ਜਾਂ ਕਿੱਥੇ ਵਿਕੇ ਹੋਏ ਆ ਕੀ ਹਿਸਾਬ ਕਿਤਾਬ ਆਪਾਂ ਦੇ ਸਮਝ ਤੋਂ ਬਾਹਰ ਹੈਗਾ ਇਹਨੂੰ ਝੂਠੇ ਪਰਚੇ ਪ੍ਰਿੰਕਲ ਤੇ ਪਾ ਪਾ ਕੇ ਇਹਨੂੰ ਡਰਾਇਆ ਜਾਂਦਾ 40 ਸਕਰੀਨ ਸ਼ਾਟ ਪਤਾ ਨਹੀਂ ਕਿੱਥੇ ਕਿੱਥੇ ਕੀ ਸਾਜ਼ਿਸ਼ਾਂ ਹੁੰਦੀਆਂ ਨੇ ਖਿਲਾਫ ਕਿਉਂਕਿ ਮੇਰੇ ਕੇਸ ਦਾ ਗਵਾਹ ਹੈਗਾ ਤੇ ਬਾਕੀ ਹੁਣ ਦੇਖੋ ਅੱਗੇ ਕੀ ਕਰਨਾਉ ਨਹੀਂ ਬ੍ਰਿੰਗ ਤੇ ਮੈਂ ਕੀ ਕਹਿਣਾ ਚਾਹੁੰਗਾ ਪਿੰਕਲ ਜੀ ਜਿਵੇਂ ਕਹਿ ਰਹੇ ਨੇ ਸਾਡੇ ਕੋਲ ਦਰਖਾਸਤਾਂ ਹੁੰਦੀਆਂ ਹੈ ਕਾਰਵਾਈ ਨਹੀਂ ਹੁੰਦੀ ਮਤਲਬ ਜਿੱਥੇ ਅੰਦਰ ਚੋਈਂਦੇ ਉਲਟਾ ਕੀ ਕਰਦੇ ਉਲਟਾ ਸਾਡੇ ਤੇ ਪਰਚੇ ਹੁੰਦੇ ਆ ਗਗਨ ਅੰਦਰ ਦੇਣਾ ਚਾਹੀਦਾ ਜਿਹੜਾ ਇਹਨਾਂ ਦਾ ਜਿੰਨੇ ਨਕਲੀ ਸਕਰੀਨਸ਼ਾਟ ਤਿਆਰ ਕੀਤਾ ਉਹ ਬੰਦਾ ਜੇਲ੍ਹ ਚ ਦੇਣਾ ਚਾਹੀਦਾ ਹੁੰਦਾ ਤੇ 182 ਦੀ ਕਾਰਵਾਈ ਕਰਨੀ ਚਾਹੀਦੀ ਹੈ ਅਗਲੇ ਸਟੇਟਾਂ ਤੋਂ ਪਰਚੇ ਦਿੱਤੇ ਜਾ ਰਹੇ ਆ ਸਾਡੀ ਕੋਈ ਇੱਥੇ ਸੁਣਵਾਈ ਨਹੀਂ ਹੋ ਰਹੀ ਸਮਾਂ ਤੋਂ ਬਾਹਰ ਹੈਗੇ ਆ ਤੁਸੀਂ ਯਕੀਨ ਨਹੀਂ ਕਰਨਾ ਕੋਈ ਕਿਸੇ ਸਟੇਟ ਤੋਂ ਪਰਚਾ ਬਲੈਂਕ ਹੋ ਕੇ ਸਾਨੂੰ WhatsApp ਆਂਦਾ ਕਦੀ ਕਿਤੋਂ ਆਂਦਾ ਕਦੀ ਕਿਤੋਂ ਆਂਦਾ ਬਸ ਐਦਾਂ ਹੀ ਡਰਾਇਆ ਜਾਂਦਾ ਸਾਡੇ ਦੇ ਜ਼ਰੂਰ ਝੂਠੇ ਹੁੰਦੇ ਜਿਹੜੇ ਸਾਡੇ ਸੱਚੇ ਆ ਉਹ ਕੋਈ ਕਾਰਵਾਈ ਨਹੀਂ ਹੋ ਰਹੀ ਕਿੱਥੇ ਕੌਣ ਵਿਕਿਆ ਇਹ ਤਾਂ ਹੁਣ ਪਰਮਾਨ ਚਲੋ ਮੈਨੂੰ ਇੱਕ ਗੱਲ ਦੱਸੋ ਜੀ ਹੋਰ ਮੈਂ ਮੈਂ ਚਲੋ ਮੰਨ ਲਿਆ ਵੀ ਪਰਚਾ ਦੇ ਤਾਂ ਮੇਰੇ ਤੇ ਜੇ ਉਹ ਪਰਚਾ ਵੈਰੀਫਾਈ ਨਹੀਂ ਹੋ ਰਿਹਾ ਜਦ ਸੀਨੀਅਰ ਅਫਸਰ ਉਹਦੀ ਇਨਕੁਆਰੀ ਕਰ ਰਹੇ ਆ ਫਿਰ ਆਪਾਂ ਉਹਨੂੰ ਅਪਰੂਵ ਕਰਨ ਤੇ ਕਿਉਂ ਰੋਕ ਰਹੇ ਆ ਆਪ ਐਡੇ ਐਡੇ 5 5 6 6 ਮਹੀਨੇ ਕਿਉਂ ਲਗਾ ਰਹੇ ਆ ਕਿਉਂ ਬਾਰ ਬਾਰ ਇਤਰਾਜ ਲਾ ਕੇ ਉਹਨਾਂ ਨੂੰ ਘੁਮਾਇਆ ਜਾਂਦਾ ਕੀ ਕਾਰਨ ਕੀ ਹੈ ਫੜ ਕੇ ਜਿਹੜਾ ਗगनਪ੍ਰੀਤ ਐਡਵੋਕੇਟ ਆ ਬਲੈਕਮੈਲਰ ਆ ਨੂੰ ਫੜ ਕੇ ਅੰਦਰ ਕਿਉਂ ਨਹੀਂ ਦਿੰਦੇ 182 ਦੇ ਕੇਸ 'ਚ ਕਿਉਂ ਨਕਲੀ ਸਕਰੀਨਸ਼ਾਟ ਤਿਆਰ ਕਰਕੇ ਸਾਨੂੰ ਹਰਾਸ ਕਰਦਾ ਕਾਦੇ ਹਾਸਤੇ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਇਹੋ ਜਿਹੇ ਬੰਦੇ ਨੂੰ ਪਹਿਲੀ ਵਾਰ ਜ਼ਿੰਦਗੀ 'ਚ ਸੁਣਿਆ ਵਕੀਲ ਹੋ ਕੇ ਪਰਚਾ ਦਰਜ ਕਰਾ ਕੇ ਕਹਿੰਦਾ ਮੇਰੇ ਕੋਲ ਯੂਆਰਐਲ ਲਿੰਕ ਹੈ ਨਹੀਂ ਫੇ ਤੂੰ ਦੁਰਭਿਟੇ ਮੂੰ ਤੂੰ ਕਾਦਾ ਵਕੀਲ ਨਾ ਤੇਰੇ ਕੋਲ ਲਿੰਕ ਹੈ ਨਹੀਂ ਵਕੀਲ ਤਾਂ ਜੇ ਤੇਰੀ 10 ਸਾਲਾਂ ਦੀ ਪ੍ਰੈਕਟਿਸ ਸੀ ਜੇ ਤੂੰ ਪਰਚਾ ਕਰਾਣ ਗਿਆ ਤੂੰ ਘਟੋ ਘਟ ਸਬੂਤ ਤਾਂ ਨਾਲ ਲੈ ਕੇ ਜਾਣਾ ਇਹੋ ਜਿਹੇ ਬੰਦੇ ਨੂੰ ਫੜ ਕੇ ਅੰ ਬੱਸ ਇਹੀ ਸਾਡੀ ਮੰਗ ਸਿੰਗਲ ਵੀਰੇ ਝੂਠੇ ਪਰਚਿਆਂ ਦੀ ਤੁਸੀਂ ਗੱਲ ਕੀਤੀ ਪਿਛਲੇ ਦਿਨੀ ਤੁਸੀਂ ਮਕਾਲੇ ਵੀ ਕਰਾਏ ਵੀ ਤੁਹਾਡੇ ਪੇਰੈਂਟਸ ਤੇ ਵੀ ਜਿਹੜੇ ਝੂਠੇ ਪਰਚੇ ਕਰਵਾਏਗੇ ਕਿਤੇ ਨਾ ਕਿਤੇ ਆਵਾਜ਼ ਨੂੰ ਤੁਹਾਡੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸਾਰਿਆਂ ਨੂੰ ਹੀ ਪਤਾ ਭਾਜੀ ਬਈ ਅੰਬਾਲਾ ਕਰਾਇਆ ਯਮਨਾ ਨਗਰ ਜਗਧਰੀ ਆ ਇੱਥੇ ਕਰਾ ਦੇ ਦੋ ਪੰਜਾਬ ਪੁਲਿਸ ਤੇ ਬੜਾ ਮਾਣ ਸੀਗਾ ਬਈ ਇਹ ਜਬਾਰ ਲੀਆਂ ਸਟੇਟਾਂ 'ਚ ਪਰਚੇ ਆ ਤਾਂ ਪੰਜਾਬ 'ਚ ਨਹੀਂ ਹੈਗੇ ਬੜਾ ਮਾਣ ਸੀਗਾ ਇੱਥੇ ਪੰਜਾਬ ਪੁਲਿਸ ਨਹੀਂ ਬڑا ਵੱਡਾ ਵਧੀਆ ਕੰਮ ਕੀਤਾ ਦੋ ਪਰਚੇ ਮੇਰੇ ਤੇ ਦਰਜ ਕਰਤੇ ਆਮ ਆਦਮੀ ਸਰਕਾਰ ਚ ਇੱਕ ਚਾਰ ਅੱਠ ਨੂੰ ਕੀਤਾ ਜੇ ਤੁਹਾਡੀ ਆਵਾਜ਼ ਨੂੰ ਦਬਾਇਆ ਜਾ ਰਿਹਾ ਕਿਤਨੇ ਕਿਤੇ ਕੋਈ ਪ੍ਰੈਸ਼ਰ ਹੈ ਉਹਨਾਂ ਤੇ ਅਧਿਕਾਰੀਆਂ ਦੇ ਉੱਪਰ ਇਹ ਤਾਂ ਹੁਣ ਭਗਵੰਤ ਮਾਨ ਸਾਹਿਬ ਦੱਸ ਸਕਦੇ ਆ ਵੀ ਮੇਰੇ ਤੇ ਦੋ ਪਰਚੇ ਆਮ ਆਦਮੀ ਪਾਰਟੀ ਦੀ ਸਰਕਾਰ ਚ ਦਰਜ ਕਰਤੇ ਸੇਮ ਪਰਚੇ ਆਈਟੀ ਐਕਟ ਦੇ 67 ਹੇ ਲਾਤੀ ਔਰ ਦੋਨੋਂ ਹੀ ਵੈਰੀਫਾਈ ਨਹੀਂ ਹੋ ਰਹੇ ਦੋ ਪਰਚੇ ਦਰਜ ਕਰਤੇ ਦੋਨਾਂ ਪਰਚਿਆਂ 'ਚ ਸਬੂਤ ਹੈ ਨਹੀਂ ਜੇ ਤੁਹਾਨੂੰ ਮੇਰੀ ਗੱਲ ਝੂਠੀ ਲੱਗਦੀ ਤੁਸੀਂ ਆਪਦੇ ਸੀਨੀਅਰ ਅਧਿਕਾਰੀਆਂ ਨੂੰ ਜਿਹੜੇ 1 ਸੱਤ ਨੰਬਰ ਥਾਣੇ ਦਰਜ ਆ ਇੱਕ ਸਰਾਬਾ ਨਗਰ ਉਹ ਸਕਰੀਨ ਸ਼ਾਟ ਤੇ ਦਰਜ ਨੇ ਪਹਿਲੀ ਵਾਰ ਸੁਣਿਆ ਜੇ ਤੁਸੀਂ ਸਕਰੀਨ ਸ਼ਾਟ ਤੇ ਪਰਚਾ ਦਰਜ ਕਰਦੇ ਹੋ ਮੈਨੂੰ ਸਿਮਰਜੀਤ ਬੈਂਸ ਦੀ ਟੀਮ ਕਿੰਨਾ ਮਾਲਾ ਚੰਗਾ ਬੋਲਦੀ ਦਿਓ ਪਰਚਾ ਦਮ ਰੱਖੋ ਲੱਤਾਂ ਦੇ ਵਿੱਚ ਹੈਨਾ ਜੇ ਗੱਲ ਤਾਂ ਇਹ ਆ ਵੀ ਤੁਸੀਂ ਉਹਨੂੰ ਬਚਾਉਣਾ ਚਾਹੁੰਦੇ ਹੋ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ ਜੇ ਸਿਮਰਜੀਤ ਬੈਂਸ ਬਚ ਜਾਂਦਾ ਨਾ ਨਾਸ ਮਾਰ ਦੂਗਾ ਜਿਹੜੇ 6 ਐਮਐਲਏ ਜਿੱਤੇ ਹੋਏ ਹਨ ਥੋੜਾ ਪਾਣੀ ਮੂੰਹ 'ਚ ਜਾਊਗਾ ਨਾ ਉਹ ਪਾਣੀ ਦਾ ਧੂਆ ਬਣ ਕੇ ਨਿਕਲੂਗਾ ਥੋੜੇ ਦਿਨ ਰੁਕ ਜਾਓ ਤੁਸੀਂ ਉਹਨੂੰ ਜਾਣਦੇ ਨਹੀਂ ਸੱਪ ਦਾ ਬੱਚਾ ਉਹ ਤੁਹਾਨੂੰ ਦੱਸੂਗਾ ਜ਼ਰੂਰ ਸਾਰਿਆਂ ਨੂੰ ਜਿਹੜੇ ਵੀ ਬੁੱਕਲ ਦੇ ਪਿੱਛੇ ਲੁੱਕ ਕੇ ਉਹਦੀ ਮਦਦ ਕਰਦੇ ਨੇ ਨਾ ਉਹ ਇੱਕ ਗੱਲ ਮੇਰੀ ਯਾਦ ਰੱਖਣ ਔਰ ਖਾਸ ਕਰਕੇ ਪੁਲਿਸ ਵਾਲੇ ਵੀ ਉਹ ਵੀ ਦਿਨੋਂ ਦੂਰ ਨਹੀਂ ਆ ਤੁਹਾਡੀ ਜੇਬ 'ਚ ਦੁਬਾਰਾ 5-5000 ਪਾ ਕੇ ਤੁਹਾਡੀਆਂ ਵੀਡੀਓ ਬਣਾ ਕੇ ਤੁਹਾਨੂੰ ਸਸਪੈਂਡ ਵੀ ਕਰਾਉਣਾ ਆ ਨੇ ਦੁਬਾਰਾ ਕਿਉਂਕਿ ਜਿਹੜਾ ਨਸ਼ੇੜੀ ਹੁੰਦਾ ਹੈ ਨਾ ਉਹ ਨਸ਼ਾ ਬੋਹ ਛੇਤੀ ਛੱਡਦਾ ਨਹੀਂ ਇਹਨੂੰ ਇਸ ਚੀਜ਼ ਦਾ ਪੋਸ ਪੈ ਚੁੱਕਾ ਆ ਇਹ ਬਲੈਕਮੇਲ ਤੁਸੀਂ ਕੋਈ ਰਣਨੀਤੀ ਯਾਰ ਕੀਤੀ ਜੀ ਕਾਦੀ ਰਣਨੀਤੀ ਵੀਰੇ ਆਪਦੇ ਕੇਸ ਵਾਪਸ ਲੈ ਕੇ ਆਪਦੇ ਘਰੇ ਬਹਿ ਜਾਗੇ ਕਾਦੀ ਰਣਨੀਤੀ ਨਾ ਸਾਡੀ ਸਰਕਾਰ ਆ ਨਾ ਇਹ ਸਾਡੀ ਸੁਣਦੇ ਨੇ ਇੱਥੇ ਕਿਸੇ ਸਾਰ ਨੂੰ ਮਿਲਣਾ ਆ ਜੀ 2 ਘੰਟੇ ਉਹ ਬਿਠਾਈ ਰੱਖਦੇ ਨੇ ਇੱਧਰ ਕਿਸੇ ਨੂੰ ਮਿਲਣਾ ਆ ਜੀ 2 ਘੰਟੇ ਉਹ ਪਟਾਈ ਰੱਖਦੇ ਇਨਕੁਆਇਰੀ ਅਫਸਰ ਨੂੰ ਮਿਲਣ ਚਲ ਜੀ ਉਹਨਾਂ ਦੇ ਰੀਡਰ ਸ਼ੀਡਰ ਹੀ ਨਹੀਂ ਮਾਣ ਹੁੰਦੇ ਉਹ ਬਾਹਰ ਖੜਾ ਲੈਂਦੇ ਆ ਸੋ ਆਪਾਂ ਕਿੰਨੀ ਕੁ ਦਿਰੇ ਲੜਾਈ ਲੜਾਂਗੇ ਅਸੀਂ ਮੈਡਮ ਵਾਲੇ ਵੀ ਕੱਲ ਕੰਪਲੇਂਟ ਰਿਮੂਵ ਕਰਾ ਦਾਂਗਾ ਮਾ ਆਪ ਦਾ 307 ਵਾਲਾ ਕੇਸ ਵੀ ਵਾਪਸ ਲੈ ਲਾਂਗਾ ਤੇ ਇਹਨਾਂ ਨੂੰ ਕਹਿ ਕੇ ਜਾਵਾਂਗਾ ਤੁਹਾਡਾ ਬਹੁਤ ਧੰਨਵਾਦ ਵੀ ਤੁਹਾਡੇ ਕੋਲ ਇੱਕ ਸਾਲ ਦੇ ਵਿੱਚ ਦੋਸ਼ੀ ਗ੍ਰਿਫਤਾਰ ਨਹੀਂ ਹੋਏ ਔਰ ਇੱਕ ਸਾਲ ਦੇ ਦੌਰਾਨ ਤੁਸੀਂ ਮੇਰੇ ਤੇ ਦੋ ਪਰਚੇ ਦਰਜ ਕਰਕੇ ਮੈਨੂੰ ਮਜਬੂਰ ਕੀਤਾ ਕਿ ਮੈਂ ਆਪਦਾ ਕੇਸ ਵਾਪਸ ਲਾਂ ਠੀਕ ਹੈ ਕੀ ਕਹਿਣਾ ਚਾਹੁੰਗੇ ਤੁਸੀਂ ਸੀਪੀ ਸਾਹਿਬ ਦਾ ਪਰ ਸੀਪੀ ਸਾਹਿਬ ਕੋ ਲਾਏ ਸੀ ਅੱਜ ਹੈ ਨਹੀਂ ਬਰਾੜ ਸਾਹਿਬ ਕੋਲ ਚਾਰਜ ਆ ਉਹਨਾਂ ਨੂੰ ਕਾਲ ਕੀਤੀ ਹੈ ਉਹਨਾਂ ਨੂੰ ਕਾਲ ਦੇ ਉੱਤੇ ਮੈਂ ਦੱਸਿਆ ਕਿ ਮੈਂ ਜਿਹੜਾ ਇਲੈਕਸ਼ਨ ਦੌਰਾਨ 307 ਦਾ ਕੇਸ ਦਰਜ ਕਰਾਇਆ ਸੀ ਬੈਂਸ ਤੇ ਉਹ ਮੈਂ ਅੱਜ ਵਾਪਸ ਲੈਣ ਆਇਆ ਕਿਉਂਕਿ ਪੁਲਿਸ ਵਾਲੇ ਜਿਹੜੇ ਬੈਂਸ ਤੋਂ ਬਹੁਤ ਡਰਦੇ ਨੇ ਸਾਰੇ ਉਹਦਾ ਮੁੰਡਾ ਤੇ ਜਿਹੜੇ ਹੋਰ 307 ਦੇ ਮੁਜਰੀਮ ਹੈ ਸ਼ਰੈ ਆਮ ਜਦੋਂ ਜੇਲ੍ਹ ਚੋਂ ਦੀ ਜ਼ਮਾਨਤ ਹੁੰਦੀ ਹੈ ਤੇ ਸ਼ਰੈ ਆਮ ਪਟਾਕੇ ਚਲਾਉਂਦੇ ਆ ਸੜਕਾ ਜਾਮ ਕਰਦੇ ਆ ਤੇ ਇਹਨਾਂ ਦੀਆਂ ਲੱਤਾਂ ਜੰਨੀ ਜਾਨ ਹੈ ਨਹੀਂ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲੈਣ ਉਲਟਾ ਮੇਰੇ ਉੱਤੇ ਪਰਚਾ ਦਰਜ ਕਰਕੇ ਜਿਹੜੇ ਸੀਪੀ ਸਾਹਿਬ ਜਿੱਦਣ ਆਉਂਦੇ ਆ ਮੇਰੇ ਤੇ ਪੱcza ਦਰਜ ਕਰਕੇ ਹੁੰਦੀ ਇਨਕੁਆਰੀ ਹੁੰਦੀ ਹੈ ਉਹ ਪਰਚਾ ਝੂਠਾ ਪਾਇਆ ਜਾਂਦਾ ਜੇ ਝੂਠਾ ਪਾਇਆ ਜਾਂਦਾ ਤੇ ਉਹ ਜਿਹੜਾ ਗगनਪ੍ਰੀਤ ਐਡਵੋਕੇਟ ਆ ਉਹਨੂੰ ਗ੍ਰਿਫਤਾਰ ਕਰਨਾ ਚਾਹੀਦਾ ਵੀ ਜਿਹੜਾ ਮੈਨੂੰ ਹਰਾਸ ਕਰ ਰਿਹਾ ਔਰ ਮੈਂ ਆਪਣੀ ਜਾਨ ਆਪਣੀ ਜਾਨ ਜੋਖਮ ਚ ਪਾ ਕੇ ਇੱਕ ਇਹਨਾਂ ਦਾ ਸਟ੍ਰਿੰਗ ਆਪਰੇਸ਼ਨ ਕੀਤਾ ਸਿਮਰਜੀਤ ਬੈਂਸ ਦੇ ਭਰਾ ਦਾ ਬਾਕੀ ਸਾਰਿਆਂ ਦਾ ਜਿੰਦੀ ਮੈਂ ਸੀਡੀ ਬਣਾ ਕੇ ਕਮਿਸ਼ਨਰ ਸਾਹਿਬ ਨੂੰ ਦਿੱਤੀ ਕਿ ਮੈਨੂੰ 307 ਦਾ ਪਰਚਾ ਵਾਪਸ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਉਹਦੇ ਉੱਤੇ ਵੀ ਕੋਈ ਕਾਰਵਾਈ ਨਹੀਂ ਸੋ ਮੈਂ ਕਹਿਣਾ ਨਹੀਂ ਸੀ ਚਾਹੁੰਦਾ ਪਰ ਸ਼ਰਮ ਆਉਣੀ ਚਾਹੀਦੀ ਹੈ ਭਗਵੰਤਪਾਲ ਸਾਹਿਬ ਨੂੰ ਆ ਤੁਹਾਡੀ ਭੈਣ ਖੜੀ ਹੈ ਪਰਮਜੀਤ ਕੋਰ ਇਹਦੀ ਇਨਕੁਆਰੀ ਪੈਂਡਿੰਗ ਪਈਏ ਆਪਣਾ ਸੈਟ ਬਣੀ ਹੋਈ ਆ ਤੁਸੀਂ ਕੋਈ ਕਾਰਵਾਈ ਕਰ ਲਓ ਨਹੀਂ ਕਰੋਗੇ ਤੁਹਾਨੂੰ ਲਾਂਤਾ ਮੰਨ ਕੇ ਪੰਜਾਬ ਦੇ ਲੋਕ ਇਹਨਾਂ ਦਾ ਤਾਂ ਕੁਝ ਕਰ ਦਿਓ ਜਿਨ੍ਹਾਂ ਦਾ ਤਾਂ ਤੁਹਾਡੇ ਸਾਹਮਣੇ ਸਾਰੇ ਐਵੀਡੈਂਸ ਸਾਰੇ ਸਬੂਤ ਤੁਹਾਡੇ ਸਾਹਮਣੇ ਆਏ ਨੇ ਕਿਉਂ ਪੁਲਿਸ ਕਾਰਵਾਈ ਨਹੀਂ ਕਰਦੀ ਸਿਮਰਜੀਤ ਬੈਂਸ ਤੋਂ ਕਿਉਂ ਡਰਦੇ ਹੋ ਤੁਸੀਂ ਕਿਉਂ ਗ੍ਰਿਫਤਾਰ ਨਹੀਂ ਕਰਦੇ ਔਰ ਮੈਂ ਖਾਸ ਤੌਰ ਤੇ ਗੱਲ ਦੱਸ ਦੇਣਾ ਚਾਹੁੰਦਾ ਪੁਲਿਸ ਮੁਲਾਜ਼ਮ ਉਹ ਦਿਨ ਦੂਰ ਨਹੀਂ ਹੈ ਫਿਰ ਤੁਹਾਡੀ ਜੇਬ ਚ 5-5000 ਰੁਪਇਆ ਪਾ ਕੇ ਤੁਹਾਨੂੰ ਫੜਾਊਗਾ ਤੁਹਾਡੇ ਘਰ ਬਰਬਾਦ ਕਰੂਗਾ ਕਿਉਂਕਿ ਉਹਨੇ ਆਪਣੀ ਦੁਕਾਨਦਾਰੀ ਚਲਾਉਣੀ ਹੈ ਉਦਾਂ ਹੀ ਉਹ ਬੜੀ ਦੁਕਾਨਦਾਰੀ ਚਲਾਉਣ ਵਾਸਤੇ ਵਾਪਸ ਆ ਗਿਆ ਤੁਸੀਂ ਯਾਦ ਕਰੋਗੇ ਕਿ ਕੋ ਪ੍ਰਿੰਕਲ ਨਾ ਦਾ ਬੰਦਾ ਹੁੰਦਾ ਸੀ ਤੁਸੀਂ ਝੂਠੇ ਪਰਚੇ ਉੱਤੇ ਦਰਜ ਕਰਕੇ ਉਹਨੂੰ ਜਾਣ ਕੇ ਸਾਰੇ ਅਫਸਰਾਂ ਦੇ ਵਿੱਚ ਜਲੀਲ ਕੀਤਾ ਸਾਰੇ ਮੈਨੂੰ ਮੈਂ ਦੇਖੋ ਇਨਕੁਆਰੀ ਇੱਕ ਹੁੰਦੀ ਹੈ ਨਾ ਇੱਕਲੇ-ਕੱਲੇ ਅਫਸਰ ਕੋਲ ਘੁੰਮਣਾ ਪੈਂਦਾ ਜਦ ਕੋਈ ਸਬੂਤ ਹੈ ਨਹੀਂ ਕੋਈ ਯੂਆਰਐਲ ਲਿੰਕ ਹੈ ਨਹੀਂ ਇੱਕ ਸਕਰੀਨਸ਼ਾਟ ਦੇ ਆਧਾਰ ਤੇ ਪਰਚਾ ਦਿੰਨੇ ਹੋ ਜੇ ਪਰਚਾ ਨਹੀਂ ਵੈਰੀਫਾਈ ਹੋ ਰਿਹਾ ਉਹਨੂੰ ਖਰਜ ਕਰ ਦੋ ਬਾਰ ਬਾਰ ਆਪਾਂ ਇਤਰਾਜ਼ ਲਾ ਕੇ ਘੁਮਾਈ ਜਾਂਦੇ ਆ ਕਾਦੇ ਹਸਤੇ ਘੁਮਾਈ ਜਾਂਦੇ ਆ ਜਿਹੜਾ ਮੇਰਾ 307 ਦਾ ਪਰਚਾ ਦਰਜ ਸੀ ਹੁੰਦੇ ਤੇ ਕਿਉਂ ਦੋਸ਼ੀ ਗ੍ਰਿਫਤਾਰ ਨਹੀਂ ਹੋਏ ਸੋ ਕੱਲ ਅਸੀਂ ਅੱਜ ਆਈਸੀਪੀ ਸਾਹਿਬ ਆਏ ਨਹੀਂ ਕੱਲ ਅਸੀਂ ਦੁਬਾਰਾ ਆਵਾਂਗੇ ਇਸੇ ਟਾਈਮ ਤੇ ਆ ਕੇ ਆਪਣੀ ਕੰਪਲੇਂਟ ਵਾਪਸ ਲਵਾਂਗੇ ਤੇ ਤੁਹਾਨੂੰ ਦੱਸ ਕੇ ਜਾਵਾਂਗੇ ਵੀ ਇਹਨਾਂ ਦੀਆਂ ਲੱਤਾਂ 'ਚ ਜਾਨ ਹੈ ਨਹੀਂ ਕਿ ਉਹਨੇ ਮੁੰਡੇ ਨੂੰ ਇੱਕ ਗ੍ਰਿਫਤਾਰ ਕਰ ਲੈਣ। ਸੱਚੀ ਗੱਲ ਕਰੀਏ ਜਦੋਂ ਕਿਸੇ ਕੋਈ ਕਾਰਵਾਈ ਨਹੀਂ ਹੁੰਦੀ। ਬੰਦਾ ਸੀਨੀਅਰ ਅਧਿਕਾਰੀ ਕੋਲ ਜਾਂਦਾ ਤੁਸੀਂ ਜਰ ਕੰਪਲੇਟ ਕਿੰਦੇ ਖੋਲ ਜਾਈਏ ਭਾਜੀ ਸੀਨੀਅਰ ਅਧਿਕਾਰੀ ਫੜ ਕੇ ਪਰਚਾ ਦੇ ਦਿੰਦੇ। 5 ਮਹੀਨੇ ਹੋ ਗਏ ਵੀਰੇ ਕਸਾਈ ਕਰਾਈ ਪਈ ਏ। ਕਦੀ ਕਿੱਥੇ ਜਾਂਦੇ ਆ ਕਦੀ ਕਿੱਥੇ ਜਾਂਦੇ ਆ। ਮੈਂ ਬੇਲ ਕਰਾ ਕੇ ਆਇਆ ਮੈਂ ਹਾਈ ਕੋਰਟ ਤੋਂ। ਠੀਕ ਹੈ ਜੀ। ਤੁਸੀਂ ਦੱਸ ਦਿਓ ਭਾਈ ਸਾਹਿਬ ਮੈਨੂੰ ਹਾਈ ਕੋਰਟ ਦੇ ਕਿਹੜਾ ਵਕੀਲ ਆ ਜਿਹੜਾ ਲੱਖ 2 ਲੱਖ ਤੋਂ ਘੱਟ ਫੀਸ ਲੈਂਦਾ। ਤੁਸੀਂ ਦੱਸ ਦਿਓ। ਮੈਂ ਕਹਿੰਨਾ ਯਾਰ ਆਪਣੇ ਭਰਾ ਨੇ ਕੋਈ ਮਾਣ ਕਰ ਦਿੰਦੇ ਹੋਣਗੇ ਪੈਸੇ ਤਾਂ ਲੱਗਦੇ ਆ ਨਾ ਫੜ ਕੇ ਪਰਚਾ ਦੇ ਦਿੱਤਾ ਯਾਰ ਮੈਂ ਵੀ ਕਿਸੇ ਮਾਂ ਦਾ ਪੋਤਾ ਇੱਕ ਸਕਰੀਨਸ਼ਾਟ ਤੇ ਤੁਸੀਂ ਪਰਚਾ ਦੇ ਦਿੱਤਾ ਜਿੰਦਾ ਯੂਆਰਐਲ ਲਿੰਕ ਹੈ ਨਹੀਂ ਮੈਂ ਡੀ ਜੀ ਲੀਗਲ ਮੈਡਮ ਜੀ ਨੂੰ ਮਿਲ ਕੇ ਆਇਆ ਉਹ ਆਪ ਹਰਾਨ ਨੇ ਵੀ ਇਹ ਪਰਚਾ ਦੇ ਕਿੱਦਾਂ ਦਿੱਤਾ ਥੋੜਾ ਜਿਆ ਤੁਸੀਂ ਜੇ ਕੋਈ ਆਪਣੀ ਕਲਮ ਚ ਲਾਉਣੀ ਹੈ ਥੋੜਾ ਜਿਆ ਸੋਚੋ ਯਾਰ ਬਈ ਇੱਕ ਲਾਈਨ ਆਫ ਬਾਰਡਰ ਹੈ ਮੈਂ ਆਪ ਮਦਈ ਆ ਮੈਂ ਕਿਹੜੇ ਕਿਹੜੇ ਦੁੱਖ ਚੱਲੇ ਆ ਕਿਹੜਾ ਕੁਛ ਮੈਂ ਫੇਸ ਕਰ ਰਹੇ ਆ ਆਪਣੇ ਠੀਕ ਹੈ ਜੀ ਤੇ ਤੁਸੀਂ ਘਟੋ ਘਟ ਮੇਰੀ ਗੱਲ ਤਾਂ ਸੁਣੋ ਵੀ ਕਾਤੇ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਇੱਕ ਮਦਈ ਜਿਹੜੇ ਸਾਡੇ ਕੇਸ 'ਚ ਜਿਹੜਾ ਕਿ ਖਾਰਜ ਹੋ ਗਿਆ ਪਰਚਾ ਉਹਦੇ ਵਿੱਚੋਂ ਸਰਬਜੀਤ ਕੌਰ ਨੇ ਕੋਈ ਲੇਡੀ ਨਾਮ ਹੈ ਉਹਨਾਂ ਨੂੰ ਜਾਣਦਾ ਨਾ ਕਦੀ ਮਿਲਿਆ ਜਿਨ੍ਹਾਂ ਨੇ ਨਕਲੀ ਸਕਰੀਨਸ਼ਾਟ ਤਿਆਰ ਕੀਤਾ ਉਹਨਾਂ ਨੇ ਮੇਰੇ ਖਿਲਾਫ ਇੱਕ ਹੋਰ ਕੰਪਲੇਂਟ ਦਿੱਤੀ 7 ਨੰਬਰ ਥਾਣੇ ਜੀ ਠੀਕ ਹੈ ਜੀ ਉਹ ਮੈਨੂੰ ਉਧਰ ਐਸ ਐਚਓ ਸਾਹਿਬ ਦਾ ਰੀਡਰ ਦਵਿੰਦਰ 7 ਨੰਬਰ ਉਹ ਮੇਰੇ ਤੋਂ ਪੈਸੇ ਮੰਗੀ ਜਾਂਦਾ ਕਾਹਦੇ ਦੇਣੇ ਪੈਸੇ ਇਹਨਾਂ ਨੂੰ ਕੀ ਸਾਡੇ ਕੋ ਹਰਾਮ ਦੇ ਪੈਸੇ ਆ ਕੋਈ ਮੈਂ ਬੈਂਕ ਲੁੱਟ ਲਈ ਕਿ ਮੈਂ ਚੋਰੀ ਚਗਾਰੀ ਕਰ ਲਈ ਕਿਉਂ ਇੰਨਾ ਪਰੇਸ਼ਾਨ ਕੀਤਾ ਜਾ ਰਿਹਾ ਮੈਂ ਵੀ ਕਿਸੇ ਦਾ ਪੋਤਾ ਯਾਰ ਜੇ ਤੁਸੀਂ ਬੈਂਸ ਨਹੀਂ ਚੱਕਣਾ ਮੈਨੂੰ ਉਹ ਕਹਿ ਦੋ ਵੀ ਤੂੰ ਆਪਦੇ ਕੇਸ ਵਾਪਸ ਲੈ ਲੈ ਜੇ ਤੁਸੀਂ ਬੈਂਸ ਦਾ ਮੁੰਡਾ ਭਰਾ ਨਹੀਂ ਚੱਕ ਸਕਦੇ ਐਡੇ ਐਡੇ ਆਪਾਂ ਉਹਦਿਆਂ ਦੇ ਬਰਾਜਮਾਨਾ ਸਿੱਟ ਬਣੀ ਉੱਥੇ ਆਈਪੀਐਸ ਨੇ ਸੁਹੇਲ ਸਰ ਜੇ ਤੁਸੀਂ ਨਹੀਂ ਸਰ ਕਰ ਸਕਦੇ ਮੈਂ ਥੋੜੀ ਕਿ ਹੁਣ ਮੈਂ ਬੈਂਸ ਨਾਲ ਲੜਦੇ ਲੜਦੇ ਤੁਹਾਡੇ ਨਾਲ ਵੀ ਦੁਸ਼ਮਣੀ ਪਾ ਲਾ ਮੈਂ ਨਹੀਂ ਪਾ ਸਕਦਾ ਪਰ ਜੇ ਤੁਸੀਂ ਇੱਦਾਂ ਹੀ ਝੂਠੇ ਪਰਚੇ ਦਰਜ ਕਰਦੇ ਰਹੇ ਤਾ ਫਿਰ ਆਉਣ ਵਾਲੇ ਟਾਈਮ 'ਚ ਮੈਂ ਕੱਲ ਨੂੰ ਕੇਸ ਆਪਣਾ ਵਾਪਸ ਲੈ ਕੇ ਜਾਊਂਗਾ ਜੇ ਸੀਪੀ ਸਾਹਿਬ ਅੱਜ ਬੈਠੇ ਹੁੰਦੇ ਜੇ ਸ਼ਾਇਦ ਮੈਂ ਅੱਜ ਹੀ ਲੈ ਕੇ ਜਾਂਦਾ ਸਰਾਮਾ ਦੀ ਪਾਰਟੀ ਸਰਕਾਰ ਉਹ ਸੀ ਕਹ ਰਹੇ ਕਾਰਬਨੀ ਹੋਰੀ ਕਾਰਨ ਕੀ ਸਮਝਦੇ ਯਾਰ ਮੈਂ ਭਾਜੀ ਐਡਾ ਚੇਰ ਹੋ ਗਿਆ ਬੋਲਿਆ ਨਹੀਂ ਸਾਨੂੰ ਸੀਗਾ ਥੋੜਾ ਬਦਲਾਅ ਆਏਗਾ ਪਰ ਕੋਈ ਖਾਸ ਗੱਲਬਾਤ ਹੈ ਨਹੀਂ ਠੀਕ ਹੈ ਜੀ ਆਪਾਂ ਇੱਜ਼ਤ ਕਰਦੇ ਆਂ ਇਹਨਾਂ ਦੀ ਜੇ ਕੁਝ ਕਰਨਗੇ ਆ ਤੁਸੀਂ ਇਹਨਾਂ ਦੀ ਗੱਲ ਸੁਣਨ ਤੋਂ ਬਾਅਦ ਤੁਸੀਂ ਦੱਸਿਓਗੇ ਤੁਸੀਂ ਉਹਨਾਂ ਦੀ ਇੱਜ਼ਤ ਕਰ ਸਕਦੇ ਹੋ ਇਹਨਾਂ ਨੂੰ ਪੁੱਛੋ ਬਈ ਬਹੁਤ ਸਾਡੇ ਸਤਿਕਾਰਯੋਗ ਨੇ ਅਫਸਰ ਸਾਰੇ ਇਹ ਕਿੰਨੇ ਗੇੜੇ ਮਾਰ ਚੁੱਕੇ ਆਪਦੇ ਪਰਚੇ ਨੂੰ